ਇਸੇ ਸਰਕਾਰ ਦੇ ਦੌਰਾਨ ਹੋਇਆ। ਉਸ ਅੰਦੋਲਨ ਦੇ ਵਿੱਚ ਕਮਿਟਮੈਂਟ ਸੀਗੀ ਕਿ ਅਸੀਂ 3 ਮਹੀਨਿਆਂ ਦੇ ਵਿੱਚ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ। ਹੁਣ ਉਦੋਂ ਅਗਲੀ ਗੱਲ ਹੈ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੇ ਨਾਲ ਅਗਲੀ ਗੱਲ ਕੀ ਹੈ, MSP ਦੀ ਗਰੰਟੀ ਦਾ ਅਸੀਂ ਕਾਨੂੰਨ ਮੰਗਦੇ ਹਾਂ। ਇਸੇ ਸਾਡੇ ਜਿਹੜੇ ਅੱਜ ਮਾਨਯੋਗ ਮਤਲਬ ਪ੍ਰਧਾਨ ਮੰਤਰੀ ਜੀ ਨੇ, ਇਹ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਨੇ ਅਤੇ ਨਾਲ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਨੇ, ਇਹਨਾਂ ਦੇ ਹੱਥ ਦੀ ਤਿਆਰ ਕੀਤੀ ਰਿਪੋਰਟ ਪਈ ਹੈ ਕਿ ਕਿਸਾਨਾਂ ਨੂੰ ਇਕੱਲਾ MSP ਅਨਾਊਂਸ ਕਰਨ ਨਾਲ ਨਹੀਂ ਸਰਨਾ ਸਰਕਾਰਾਂ ਦਾ, ਇਹ MSP ਦੀ ਗਰੰਟੀ ਦਾ ਕਾਨੂੰਨ ਦੇਣ ਅਤੇ ਇਹਨਾਂ ਦੇ ਖੁਦ ਹੀ ਸਾਰਾ ਕੁਛ ਆ, ਉਹੀ ਅਸੀਂ ਮੰਗਣ ਚੱਲੇ ਹਾਂ। ਅਸੀਂ ਨਵੀਂ ਕਿਹੜੀ ਗੱਲ ਹੈ, ਇਹ ਤਾਂ ਕਮਿਟਮੈਂਟਾਂ ਨੇ। ਸਰਕਾਰ ਜੇ ਸਾਡੀ ਕਮਿਟਮੈਂਟ ਪੂਰੀ ਕਰ ਦਿੰਦੀ ਫਿਰ ਸਾਡਾ ਦਿੱਲੀ ਜਾਣ ਦਾ ਕੀ ਮਤਲਬ ਹੈ, ਤਾਂ ਜੇ ਸਾਡੀਆਂ ਕਮਿਟਮੈਂਟਾਂ ਪੂਰੀਆਂ ਨਹੀਂ ਕੀਤੀਆਂ ਫਿਰ ਅਸੀਂ ਮੰਗਣ ਚੱਲੇ ਹਾਂ। ਅਤੇ ਮੈਨੂੰ ਲੱਗਦਾ ਸਾਨੂੰ ਅੱਜ ਕਹਿਣਾ ਵੀ ਇਹ ਕਾਂਗਰਸੀ ਨੇ, ਸਾਨੂੰ ਇਹ ਕਹਿਣਾ ਹੋਰ ਦੂਜੇ, ਮੇਰਾ ਖਿਆਲ ਆਹੀ ਅਸੀਂ ਲੋਕ ਹਾਂ ਜਿਹਨਾਂ ਨੂੰ ਕੱਲ੍ਹ ਖਾਲਿਸਤਾਨੀ ਕਹਿੰਦੇ ਰਹੇ ਨੇ, ਕੱਲ੍ਹ ਨੂੰ ਕਾਂਗਰਸ ਦਾ ਰਾਜ ਆਜੂਗਾ ਉਹ BJP ਦੇ ਪਲੈਨ ਕਹਿਣਗੇ। ਇਹ ਤਾਂ ਜਿਹੜੀ ਧਿਰ ਦੇ ਖਿਲਾਫ ਅਸੀਂ ਉੱਠ ਕੇ ਆਵਾਜ਼ ਚੁੱਕਾਂਗੇ ਆਪਦੀ, ਉਹਨਾਂ ਨੇ ਸਾਡੇ 'ਤੇ ਦੋਸ਼ ਇਹ ਲਾਉਣੇ ਹੁੰਦੇ ਨੇ, ਇਹਨਾਂ ਦੀ ਕੋਈ ਬਹੁਤੀ ਵੱਡੀ ਮਤਲਬ ਅਸੀਂ ਫਰਕ ਨਹੀਂ ਸਮਝਦੇ, ਇਹ ਤਾਂ ਲੱਗਦਾ ਹੀ ਰਹਿਣਾ ਸਾਡੇ। ਸਰ ਅੱਜ ਮੀਟਿੰਗ ਵੀ ਹੈ 5 ਵਜੇ, ਕਿੰਨੀ ਕੁ ਆਸ ਉਮੀਦ ਜਿਤਾਉਣੀ ਹੈ ਜੀ ਇਸ ਮੀਟਿੰਗ ਤੋਂ? ਦੇਖੋ, ਮੀਟਿੰਗਾਂ ਦੇ ਵਿੱਚੋਂ ਤਾਂ ਕਦੇ ਵੀ ਆਸ ਤੋਂ ਨਿਰਾਸ਼ਾ ਹੋ ਕੇ ਬੰਦਾ ਕਦੇ ਵੀ ਨਹੀਂ ਜਾਂਦਾ, ਆਸ ਤਾਂ ਹੁੰਦੀ ਹੈ। ਲੇਕਿਨ ਜਿਹੋ ਜਿਹਾ ਹਾਲਾਤ ਹੈ, ਇੱਕ ਪਾਸੇ ਤਾਂ ਨੈਗੋਸ਼ੀਏਸ਼ਨ ਚੱਲ ਰਹੀ ਹੈ, ਗੱਲਬਾਤ ਦਾ ਮਾਹੌਲ ਹੈ, BJP ਸਾਨੂੰ ਵਾਰ ਵਾਰ ਕਹਿ ਰਹੇ ਨੇ ਇਹਨਾਂ ਦੇ ਪ੍ਰਵਕਤਾ ਕਿ ਜੀ ਮਾਹੌਲ ਮਤਲਬ ਮੇਰੇ ਨਾਲ ਕੱਲ੍ਹ ਦੇ ਅੱਜ ਤੜਕੇ ਤੋਂ ਲੈ ਕੇ ਜਾਂ ਕੱਲ੍ਹ ਤੋਂ ਲੈ ਕੇ 3 ਡਿਬੇਟਾਂ ਦੇ ਵਿੱਚ ਇਹਨਾਂ ਦੇ ਪ੍ਰਵਕਤਾ ਬੈਠ ਚੁੱਕੇ ਨੇ। ਸਾਨੂੰ ਕਹਿੰਦੇ ਨੇ ਤੁਸੀਂ ਮਾਹੌਲ ਸਾਜਗਰ ਬਣਾ ਕੇ ਰੱਖੋ, ਤੁਸੀਂ ਪੋਜ਼ਿਟਿਵਿਟੀ 'ਚ ਰਹੋ। ਹੁਣ ਮੇਰੀ ਬੇਨਤੀ ਹੈ ਵੀ ਪੋਜ਼ਿਟਿਵਿਟੀ ਦੇ ਵਿੱਚ ਅਸੀਂ ਤਾਂ ਹੈਗੇ ਹਾਂ, ਅਸੀਂ ਤਾਂ ਗੱਲ ਸੁਣ ਰਹੇ ਹਾਂ, ਅਸੀਂ ਰੁਕੇ ਬੈਠੇ, ਅਸੀਂ ਤਾਂ ਜੇ ਘਰਾਂ 'ਚੋਂ ਨਹੀਂ ਨਿਕਲੇ। ਹੁਣ ਸਾਡੇ ਬੰਦੇ ਮੱਧ ਪ੍ਰਦੇਸ਼ ਤੋਂ ਚੱਲਣੇ ਸੀ, ਸਾਡੇ 90 ਆਗੂ ਇਹਨਾਂ ਨੇ ਡਿਟੇਨ ਕੀਤੇ, ਕਰਨਾਟਕਾ ਤੋਂ ਆਉਣ ਲੱਗੇ ਸਾਡਾ ਇੱਕ ਜਥਾ ਬੀਬੀਆਂ ਦਾ, ਸਾਡੇ ਆਗੂ ਦੀ ਵਾਈਫ ਆ ਰਹੀ ਹੈ ਸ਼ਾਂਤਾ ਕੁਮਾਰ ਜੀ ਦੀ, ਤਾਂ ਉਹਨਾਂ ਨੂੰ ਵੀ ਭੋਪਾਲ ਟ੍ਰੇਨ 'ਚੋਂ ਜ਼ਬਰਦਸਤੀ ਉਤਾਰ ਲਿਆ ਗਿਆ, ਡਿਟੇਨ ਕਰ ਲਿਆ ਗਿਆ। ਕੀ ਇਹ ਪੋਜ਼ਿਟਿਵਿਟੀ ਵਾਲੀ ਗੱਲ ਹੈ? ਕੀ ਇਹ ਸਾਜਗਰ ਮਾਹੌਲ ਵਾਲੀ ਗੱਲ ਹੈ? ਆਹ ਬੈਰੀਗੇਡਿੰਗ ਐਡੀ ਵੱਡੀ ਕਰਨ ਦੀ ਕੀ ਲੋੜ ਹੈ, ਜਿਹੜੀ ਹੁਣ ਤੁਸੀਂ ਗੱਲ ਕਿਹਾ ਕਿ ਕੀ ਇਹਦੇ 'ਚੋਂ ਉਮੀਦ ਕਿੰਨੀ ਰੱਖਦੇ ਹੋ? ਹੁਣ ਅੰਦਾਜ਼ਾ ਲਓ ਵੀ ਸਾਡੀਆਂ ਕਮਿਟਮੈਂਟਾਂ, ਜੇ ਕਮਿਟਮੈਂਟਾਂ ਨੂੰ ਪੂਰੀਆਂ ਕਰਨਾ ਸਰਕਾਰ ਨੇ ਤਾਂ ਕੋਈ ਲੋੜ ਨਹੀਂ ਬੈਰੀਗੇਡ ਕਰਨ ਦੀ, ਕਹਿਣ ਵੀ ਆਓ ਭਾਈ ਤੁਹਾਡੀਆਂ ਪੂਰੀਆਂ। ਇਹਦਾ ਮਤਲਬ ਇਹਨੇ ਤੋਂ ਵੀ ਸਰਕਾਰ ਦੀ ਹਜੇ ਭੱਜਣ ਦਾ ਇਰਾਦਾ ਹੈ, ਜਿਹਦੇ ਕਰਕੇ ਉਹਨਾਂ ਨੂੰ ਖਦਸਾ ਹੈ ਕਿ ਜਦੋਂ ਅਸੀਂ ਭੱਜਣਾ ਆਪਦੀਆਂ ਇਹਨਾਂ ਗੱਲਾਂ ਤੋਂ ਮੁੱਕਰਨਾ ਹੈ ਉਸ ਵੇਲੇ ਲੋਕ ਦਿੱਲੀ ਵੱਲ ਨੂੰ ਕੂਚ ਕਰਨਗੇ, ਤਾਂ ਇਹਦੇ 'ਚੋਂ ਖਤਰਾ ਹੈ। ਸੋ ਸਰਕਾਰ ਇਹਦੇ 'ਚੋਂ ਇਹ ਆਪਦਾ ਖਦਸਾ ਜਿਹੜਾ ਹੈ ਨਾ ਉਹ ਇਹਨਾਂ ਨੇ ਸਾਡੀਆਂ ਮੰਗਾਂ ਨੂੰ ਪੂਰੀਆਂ ਕਰਕੇ ਤਿਆਰੀ ਹੈ ਜੀ। ਹੁਣ ਜੇ ਨਹੀਂ ਗੱਲ ਅੱਜ ਦਿੱਲੀ ਅੰਦੋਲਨ ਵਾਪਸੀ ਦਾ ਜਾਂ ਪੋਸਟਪੋਨ ਦਾ ਕੋਈ 1% ਵੀ ਕੋਈ ਚਾਂਸ ਹੈ? ਇਹਨਾਂ ਹਾਲਾਤਾਂ ਦੇ ਵਿੱਚ ਜੇ ਕੋਈ ਕਹੇ ਵੀ ਦਬਾ ਕੇ ਅੰਦੋਲਨ ਸਮਾਪਤ ਹੋ ਜਾਏਗਾ, ਪੋਸੀਬਿਲਟੀ ਨਹੀਂ ਹੁੰਦੀ, ਕਦੇ ਵੀ ਨਹੀਂ ਹੁੰਦੀ। ਯਾਨੀ ਕਿ ਪੂਰਾ ਤਿਆਰੀ ਤਿਆਰ ਬਰ ਤਿਆਰ ਹੈ। ਦੇਖੋ, ਅੰਦੋਲਨ ਕਰਨ ਮੈਂ ਜਦੋਂ ਅਸੀਂ ਅੱਜ ਟਾਈਮ ਦੇ ਕੇ 10 ਸਾਲ ਦਾ ਟਾਈਮ ਦੇ ਦਿੱਤਾ ਸਰਕਾਰ ਨੂੰ, ਅੱਜ ਸਾਡੀ ਅਸੀਂ ਪਿੱਛੇ ਹਟ ਨਹੀਂ ਸਕਦੇ, ਮਗਰਲੇ ਪਾਸੇ ਸਾਡੇ ਦੀਵਾਰ ਆ ਚੁੱਕੀ ਆ, ਇਹਦੂ ਪਿੱਛੇ ਹਟਣ ਦਾ ਸਾਡੇ ਕੋਲ ਟਾਈਮ ਨਹੀਂ ਅਗਲੇ ਪਾਸੇ। ਪਰ ਡੰਗਰ ਸਾਹਿਬ, ਸਿੱਧਾ ਜਿਹਾ ਮੈਂ ਸਵਾਲ ਕਰਾਂ, ਤੁਹਾਡੇ ਸਾਥੀ ਨੇ ਪੁਰਾਣੇ ਜਿਹੜੇ ਨਾਲ ਤੁਹਾਡੇ ਪਿਛਲੇ ਅੰਦੋਲਨ ਦੇ ਵਿੱਚ ਸੀ, ਉਹਨਾਂ ਨੇ ਬੀਤੇ ਦਿਨ ਸਟੇਟਮੈਂਟ ਜਾਰੀ ਕੀਤੀ ਆ, ਸਵਾਲ ਅਭਿਮਨਿਊ ਘੁਆੜ ਤੋਂ ਵੀ ਲਵਾਂਗੇ, ਸਿੱਧੇ ਤੌਰ 'ਤੇ ਕਿਹਾ ਸਾਡਾ ਇਸ ਅੰਦੋਲਨ ਨਾਲ ਕੋਈ ਹੈ ਨਹੀਂ ਗਾ, ਸੰਬੰਧ ਹੈ ਨਹੀਂ ਗਾ, ਇਹ ਇੱਕ ਧਿਰ ਵੱਲੋਂ ਲੜਿਆ ਗਿਆ। ਕਿ ਉਹਨਾਂ ਦੀਆਂ ਮੰਗਾਂ ਵੀ ਇਹੀ ਨੇ, ਤੁਹਾਡੀਆਂ ਮੰਗਾਂ ਨਹੀਂ, ਸਮਰਥਨ ਨਹੀਂ ਹੋ ਰਿਹਾ, ਤਾਂ ਪੰਜਾਬ ਤੋਂ ਕਿਸ ਤਰੀਕੇ ਦਾ ਸਮਰਥਨ ਹੈ ਜਦੋਂ SKM ਸਮਰਥਨ ਨਹੀਂ ਕਰ ਰਿਹਾ? ਦੇਖੋ, ਮੈਂ ਇੱਕ ਬੇਨਤੀ ਕਰਾਂ ਜੀ, ਤੁਸੀਂ ਟਰਾਲੀਆਂ ਦੇਖੋਗੇ, ਅੱਜ ਰਾਤ ਤੋਂ ਲੋਕ ਮਤਲਬ ਘਰਾਂ ਤੋਂ ਨਿਕਲਣੇ ਸ਼ੁਰੂ ਹੋਏ ਨੇ, ਰਾਤ ਦੀਆਂ ਟਰਾਲੀਆਂ ਬਾਰਡਰਾਂ ਦੇ ਨੇੜੇ ਆਉਣੀਆਂ ਸ਼ੁਰੂ ਹੋਈਆਂ ਨੇ, ਅੱਜ ਸਾਰਾ ਦਿਨ ਇਹ ਸਿਲਸਿਲਾ ਚੱਲਣਾ, ਸਾਰੀ ਰਾਤ ਇਹ ਸਿਲਸਿਲਾ ਚੱਲਣਾ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ। ਹੁਣ ਮੈਂ ਸਵਾਲ ਮੇਰਾ ਇੰਨਾ ਕੀ ਹੈ, ਮੈਂ ਬਹੁਤੀ ਕਿਸੇ 'ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ, ਕੋਈ ਕੀ ਕਹਿੰਦਾ ਉਹ ਉਹਨਾਂ ਦਾ ਕੰਮ ਹੈ।
ਮੇਰੀ ਬੇਨਤੀ ਹੈ ਵੀ ਕੀ ਕੌਣ ਨਹੀਂ ਚਾਹੁੰਦਾ ਅੱਜ ਕਿ ਜਿਹੜਾ ਅੰਦੋਲਨ ਲੜਿਆ ਅਸੀਂ, ਕੀ ਅਸੀਂ ਬੀਜੇਪੀ ਨੂੰ ਹੋਰ ਟਾਈਮ ਦੇ ਦਈਏ ਕਿ ਅੱਜ ਅਸੀਂ ਮਤਲਬ ਹੋਰ 10 ਦਿਨਾਂ ਨੂੰ ਉਹਨਾਂ ਨੇ ਇਹ ਕਹਿ ਦੇਣਾ ਜੀ ਕੋਡ ਆਫ ਕੰਡਕਟ ਲੱਗ ਗਿਆ, ਹੁਣ ਤਾਂ ਗੱਲ ਖਤਮ ਹੋ ਗਈ। ਇਹ ਅਸੀਂ ਚਾਹੁੰਦੇ ਹਾਂ ਵੀ ਉਸ ਟਾਈਮ ਦੇ ਦਈਏ ਉਹਨਾਂ ਨੂੰ ਕਿ ਜੀ ਤੁਸੀਂ ਜਦੋਂ ਮਰਜ਼ੀ ਕਰ ਲਾਂਗੇ ਅਸੀਂ ਲੇਟ ਕਰ ਲਾਂਗੇ। ਲੇਟ ਕਰਨ ਦੀ ਗੁੰਜਾਇਸ਼ ਹੀ ਨਹੀਂ ਸੀ। ਹੁਣ ਉਹਨੂੰ ਜੇ ਅਸੀਂ ਕਰ ਰਹੇ ਹਾਂ, ਕੌਣ ਨਹੀਂ ਚਾਹੁੰਦਾ ਜੀ ਕਿ ਲਖੀਮਪੁਰ ਵਾਲਿਆਂ ਨੂੰ ਇਨਸਾਫ਼ ਮਿਲੇ? ਕੌਣ ਕੌਣ ਆ ਜਿਹੜਾ ਇਹ ਕਹੇ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨਾ ਲਾਗੂ ਹੋਵੇ, ਆਰ ਐੱਮ ਐੱਸ ਪੀ ਦੀ ਗਰੰਟੀ ਦਾ ਕਾਨੂੰਨ ਨਾ ਮਿਲੇ? ਜਿਹੜਾ ਬੰਦਾ ਚਾਹੁੰਦਾ ਹੈ ਕਿ ਲੋਕਾਂ ਦੇ ਉੱਤੇ ਪਏ ਕੇਸ ਮੁਕੱਦਮੇ ਰੱਦ ਹੋਣੇ ਚਾਹੀਦੇ ਆ, ਉਹ ਅੱਜ ਇਸ ਅੰਦੋਲਨ ਦਾ ਹਿੱਸਾ ਬਣ ਰਿਹਾ। ਕੁਝ ਮੰਗਾਂ 'ਤੇ ਸਹਿਮਤੀ ਹੁੰਦੀ ਹੈ, ਸ਼ਾਮ ਨੂੰ ਫਿਰ ਸੋਚਿਆ ਜਾ ਸਕਦਾ ਵਿਚਾਰ? ਉਹਦੇ 'ਚ ਇਹ ਆ ਗੱਲ ਕਿ ਡੱਲੇ ਵਾਲ ਕੋਈ ਚੀਜ਼ ਨਹੀਂ, ਡੱਲੇ ਦਾ ਇੱਕ ਛੋਟਾ ਜਿਹਾ ਹਿੱਸਾ ਹੈ, ਇਹਨੂੰ ਭਾਵੇਂ ਤੁਸੀਂ ਕਨਵੀਨਰ ਕਹੀ ਚੱਲੋ ਕੁਛ ਵੀ ਕਹਿ ਲਈਏ, ਲੇਕਿਨ ਮੈਂ ਫਿਰ ਵੀ ਉਹਦਾ ਪਾਰਟ ਹੈ ਇਸ ਸਕੀਮ ਦਾ। ਇਸ ਸਕੀਮ ਇਕੱਲਾ ਨਹੀਂ ਲੜ ਰਿਹਾ, ਨਾਲ ਸਾਡੇ ਮਤਲਬ ਕਿਸਾਨ ਆਖਰੀ ਫੈਸਲਾ ਤਾਂ ਡੱਲੇਵਾਲ ਸਾਹਿਬ ਦਾ ਹੀ ਹੈ। ਇਹ ਨਹੀਂ ਹੁੰਦਾ, ਮੈਂ ਇਹੀ ਤਾਂ ਫਰਕ ਰਹਿਣਾ ਐਤਕੀ ਇਹੀ ਫਰਕ ਰਹਿਣਾ ਕਿ ਡੱਲੇਵਾਲ ਦਾ ਫੈਸਲਾ ਨਹੀਂ ਹੋਣਾ, ਸਾਰੀਆਂ ਜਥੇਬੰਦੀਆਂ ਦੇ ਨਾਲ ਜਮਹੂਰੀਅਤ ਢੰਗ ਦੇ ਨਾਲ ਫੈਸਲਾ ਲਵਾਂਗੇ, ਸਾਰੇ ਬਹਿ ਕੇ ਲਵਾਂਗੇ। ਤਾਂ ਦੇਰ ਸ਼ਾਮ 5 ਵਜੇ ਮੀਟਿੰਗ ਆ, ਬੀਜੇਪੀ ਇਸ ਨੂੰ ਕਾਂਗਰਸ ਦਾ ਅੰਦੋਲਨ ਕਹਿ ਰਹੀ ਆ, ਔਰ ਧਾਰਾ 144 ਦਿੱਲੀ ਦੇ ਵਿੱਚ ਆ। ਸਿੱਧੇ ਤੌਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਹਿ ਰਹੇ ਨੇ ਕਿ ਹੁਣ ਆਰ ਪਾਰ ਦੀ ਲੜਾਈ ਆ, ਬੀਜੇਪੀ ਜਾਂ ਕੋਈ ਸਰਕਾਰ ਸਾਡੇ ਅੰਦੋਲਨ ਦਬਾਉਣਾ ਚਾਹੇਗੀ, ਨਹੀਂ ਦਬਾਂਗੇ। ਦਿੱਲੀ ਕੂਚ ਦਾ ਫੈਸਲਾ ਹੋ ਚੁੱਕਿਆ, ਆਖਰੀ ਫੈਸਲਾ ਸਰਕਾਰਾਂ ਨੇ ਲੈਣਾ, ਸਾਡੀ ਮੰਗ ਮੰਨਦੇ ਆ ਨਹੀਂ ਮੰਨਦੇ, ਤਾਂ ਇਸ ਤੋਂ ਬਾਅਦ ਕੱਲ੍ਹ ਜਿਹੜਾ ਹੈਗਾ ਅਸੀਂ ਦਿੱਲੀ ਕੂਚ ਉਹ ਕਰਾਂਗੇ। ਕੈਮਰਾਮੈਨ ਜਗਜੀਤ ਦੇ ਨਾਲ ਰਮਨਦੀਪ ਪੀਟ ਸਿੰਘ ਫਤਿਹਗੜ੍ਹ ਸਾਹਿਬ।